की बात क्या है तंग? मेरा ब्रदर है, ये मेरे भरजाई ने। ब्रदर मेरा खाना खा के दोपहर का सोया था, गया पता नहीं कितने नशा लगा गया, किदा हुई है। ये नशा बंद होना चाहिए, इस तरह तो साढ़े देश दे विच बहुत घरों के घर उजड़ रहे हैं। इतने पाबंदी लानी चाहिए, जिन्होंने नशा बेचिया जितों लिया उन्होंने भी कार्रवाई पूरी सख्त होनी चाहिए। यही साड़ी डिमांड है, यही साड़ा गुजारिश की। इन्हों को इंसाफ मिलना चाहिए, साढ़े भरा की मौत का सू इंसाफ मिलना चाहिए आ। इन्हों सख्त सख्त सजा मिलनी चाहिए आ, जेड़े रोपी आ। ਹਾਂਜੀ, ਕੀ ਘਰ ਦੇ ਵਿੱਚ ਕਿੱਦਾਂ ਦਾ ਗੁਜ਼ਰ ਬਸਰ ਕਿੱਦਾਂ ਦਾ? ਬਸ ਕੰਮ ਹੀ ਕਰਦੇ ਸੀਗੇ ਭਾਜੀ, ਇਹ ਤਾਂ ਬਿਮਾਰ ਹੀ ਰਹਿੰਦੇ ਆ, ਉੱਠਣਾ ਉੱਠਣਾ ਕੰਮ ਨਹੀਂ ਕਰ ਸਕਦੇ, ਬੇਟੀ ਛੋਟੀ ਜਿਹੀ ਆ। ਅੱਜ ਤਾਂ ਇੰਨੀ ਗਰੀਬੀ ਆ ਵੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਇਨਸਾਫ ਭਾਜੀ, ਸਾਰਾ ਹੀ ਕੁਛ ਬੰਦ ਹੋਣਾ ਚਾਹੀਦਾ, ਘਰਾਂ ਦੇ ਘਰ ਬਰਬਾਦ ਕਰ ਦਿੱਤੇ, ਔਰਤਾਂ ਦੀ ਜ਼ਿੰਦਗੀ ਬਹੁਤ ਖਰਾਬ ਆ। ਸਰਕਾਰਾਂ ਕਹਿੰਦੀਆਂ ਕਿਤੇ ਨਾ ਕਿਤੇ ਅਸੀਂ ਚਿੱਟੇ ਤੇ ਲਗਾਮ ਲਗਾ ਚੁੱਕੇ ਹਾਂ। ਨਹੀਂ ਭਾਜੀ, ਝੂਠ ਆ, ਸਭ ਰਲੇ ਮਿਲੇ ਆ। ਜਿੱਥੇ ਪਤਾ ਹੈ ਵੀ ਨਸ਼ਾ ਵੇਚਦਾ ਉੱਥੇ ਕਿੱਦਾਂ ਵੇਚ ਸਕਦੇ ਆ, ਜਦ ਪਤਾ ਕਰਦੇ ਉੱਥੇ ਫੜ ਨਹੀਂ ਸਕਦੇ, ਕੁਛ ਨਹੀਂ ਕਰਦੇ, ਸਭ ਗੱਲਾਂ ਕਹਿਣ ਦੀਆਂ ਹੀ ਆ। ਹੁਣ ਆ ਛੋਟੀ ਜਿਹੀ ਬੱਚੀ ਦੇਖੋ ਤੁਸੀਂ, ਕੋਈ ਵੀ ਕਿਸੇ ਦਾ ਕੋਈ ਕੁਛ ਦੇਖਦਾ, ਗੁਜ਼ਾਰਾ ਕਿੱਦਾਂ ਕਰੂਗੇ, ਕਿੱਦਾਂ ਟਾਈਮ ਪਾਸ ਕਰੂਗੇ? ਆਪੋ ਆਪਣੇ ਘਰ ਦਾ ਭਾਜੀ ਸਰਦਾ ਨਹੀਂ ਹੈਗਾ। ਬੋਡੀ ਮਿਲੀ ਸੀ ਰੇਲਵੇ ਟਰੈਕ ਦੇ ਕੋਲ, ਜਿਹਦੇ ਕੋਲ ਨੇਰਲ ਵਗੈਰਾ ਪਏ ਸੀ, ਕੀ ਮਾਮਲਾ ਸੀ ਸਾਡਾ? ਸਾਨੂੰ ਕੱਲ੍ਹ ਇਤਲਾਹ ਮਿਲੀ ਸੀ ਵੀ ਰੇਲਵੇ ਲਾਈਨ ਦੇ ਨੇੜੇ ਇੱਕ ਡੈਡ ਬਾਡੀ ਪਈ ਹੋਈ ਆ। ਅਸੀਂ ਉੱਥੇ ਜਾ ਕੇ ਮੌਕੇ 'ਤੇ ਆਵਾਜ਼ ਕੀਤਾ ਅਤੇ ਫਿਰ ਉਹਦੀ ਸ਼ਨਾਖਤ ਕੀਤੀ ਅਤੇ ਵਾਰ ਸਾਨੂੰ ਬੁਲਾਇਆ ਗਿਆ। ਅਤੇ ਜਿਹੜੇ ਵਾਰਸ ਇਹ ਵਿਅਕਤੀ ਹਰਜੀਤ ਸਿੰਘ ਸਾਨੂੰ ਅਕਾਲ ਸਿੰਘ ਢਡਿਆਲਾ ਰਹਿਣ ਵਾਲਾ ਸੀ, ਅਤੇ ਇਹਨਾਂ ਦੇ ਘਰੇ ਇਹਨਾਂ ਦਾ ਭਤੀਜਾ ਇੰਦਰ ਗੋਪਾਲ ਸਿੰਘ ਸਾਨੂੰ ਪਰਮਜੀਤ ਸਿੰਘ ਇਹਨਾਂ ਨੇ ਸਾਨੂੰ ਬਿਆਨ ਲਿਖਾਇਆ ਅਤੇ ਅਸੀਂ ਉਹਦੇ ਬਿਆਨ 'ਤੇ 6 ਬੰਦਿਆਂ ਦੇ ਖਿਲਾਫ ਕੇਸ ਕੀਤਾ ਹੈ ਜਾਂ 304 ਤਹਿਤ ਅਸੀਂ ਕੇਸ ਰਜਿਸਟਰ, ਅਤੇ ਇਹਦੇ 'ਚ ਜਿੰਨੇ ਵੀ ਦੋਸ਼ੀ ਗ੍ਰਿਫਤਾਰ ਕਰਾਂਗੇ ਜਲਦੀ ਜਲਦੀ।